ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਬਾਈ ਠੀਕ ਠਾਕ ਹੋ? ਅੱਛਾ ਜੀ, ਮੇਰਾ ਨਾਂ ਹੈਗਾ ਜੀ ਸੀਰਾ, ਪਿੰਡ ਭਾਈ ਰੂਪਾ, ਅਤੇ ਮੇਰਾ ਮੋਬਾਈਲ ਨੰਬਰ ਹੈਗਾ ਜੀ 9460313386। ਇਹ ਨੋਟ ਰੱਖਿਓ ਜੀ। ਅਤੇ ਬਾਕੀ ਜਿੰਨੇ ਵੀ ਮੇਰੇ ਵੀਰ ਕਬੂਤਰਾਂ ਵਾਲੇ ਆ, ਇਹ ਵੀਡੀਓ ਉਹਨਾਂ ਵਾਸਤੇ ਬਣਾਈ ਗਈ ਹੈ। ਅੱਗੇ ਹੁਣ ਗਰਮੀ ਦਾ ਮੌਸਮ ਆ ਰਿਹਾ, ਮੇਰੇ ਭਰਾ ਕਬੂਤਰ ਸਾਂਭਦੇ ਆ, ਬਾਜ਼ੀਆਂ ਛੱਡਦੇ ਆ, ਸੁੱਖ ਨਾਲ ਉੱਡਦੇ ਆ ਵਧੀਆ ਕਬੂਤਰ, ਠੀਕ ਹੈ ਜੀ। ਪਰ ਇਹਦੇ ਨਾਲ ਨਾਲ ਬਿਮਾਰੀਆਂ ਵੀ ਹੈ, ਕਿਸੇ ਨੂੰ ਧੌਣ ਘੁੰਮਣੀ ਪੈ ਗਈ, ਕਿਸੇ ਨੇ ਬੱਚਿਆਂ ਨੂੰ ਸੌਕੜਾ ਪੈ ਰਿਹਾ, ਜਾਂ ਕਿਸੇ ਨੂੰ ਮੰਨ ਲਓ ਕੋਈ ਜਾਨਵਰ ਕਾਫੀ ਲੰਬੇ ਸਮੇਂ ਤੋਂ ਆਂਡੇ ਨਹੀਂ ਲਾ ਰਿਹਾ ਕਬੂਤਰ ਆਪਣੇ, ਅਤੇ ਉਹਦੀ ਆਪਣੀ ਸਾਰਿਆਂ ਦੀ ਦਵਾਈ ਆਪਣੇ ਕੋਲ ਹੁੰਦੀ ਹੈ, ਹੋਮਿਓਪੈਥੀ ਦਵਾਈ ਹੈ, ਕੋਈ ਨੁਕਸਾਨ ਨਹੀਂ ਦਵਾਈ ਦਾ, ਠੀਕ ਹੈ ਜੀ। ਜੇ ਕਿਸੇ ਦਾ ਕਬੂਤਰ ਨੀਵਾਂ ਉੜਦਾ, ਉੱਚਾ ਨਹੀਂ ਜਾਂਦਾ, ਉਹਦੀ ਵੀ ਆਪਣੇ ਕੋਲ ਦਵਾਈ ਹੈ, ਘੱਟ ਉੜਦਾ ਉਹਦੀ ਵੀ ਦਵਾਈ ਹੈਗੀ ਆਪਣੇ ਕੋਲ, ਅਤੇ ਬਾਕੀ ਜਿਹੜੇ ਬੱਚਿਆਂ ਨੂੰ ਸੋਕੜਾ ਪੈ ਜਾਂਦਾ, ਲੱਸੇ ਜੋ ਕੇ ਸੋਕੇ ਜੇ ਮਰ ਜਾਂਦੇ ਆ, ਉਹਨਾਂ ਨੂੰ ਕਿਰਪਾ ਕਰਕੇ ਬਚਾਓ। ਅਤੇ ਇੱਕ ਹੁਣ ਇਦੋਂ ਗਾਂਹ ਤੁਸੀਂ ਧਿਆਨ ਰੱਖਣਾ, ਗਰਮੀ ਦੇ ਆਉਂਦਿਆਂ ਹੀ ਇਹਨਾਂ ਦੇ ਬੱਚਿਆਂ ਦੇ, ਨਾ ਛੋਟੇ ਬੱਚੇ ਹੁੰਦੇ ਜਿਹੜੇ, ਇਹਨਾਂ ਦੇ ਪੈਰਾਂ 'ਤੇ ਅਤੇ ਸੁੰਝ ਦੇ ਉੱਪਰ ਛੋਟੇ ਛੋਟੇ ਦਾਣੇ ਜਿਹੇ ਹੋਣ ਲੱਗ ਜਾਏ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਮਾਤਾ ਨਿਕਲੇ, ਚੇਚਕ ਵੀ ਕਹਿ ਦਿੰਦੇ ਇਹਨਾਂ ਨੂੰ, ਠੀਕ ਹੈ ਜੀ। ਉਹਦੇ ਵਾਸਤੇ ਇਹਨਾਂ ਨੂੰ ਮੱਛਰ ਤੋਂ ਬਚਾ ਕੇ ਰੱਖੋ ਜਿੰਨਾ ਵੀ ਹੋ ਸਕਦਾ। ਇਹ ਕੋਈ ਬਿਮਾਰੀ ਨਹੀਂ, ਇਹ ਸਿਰਫ ਮੱਛਰ ਦੇ ਕਾਰਨ ਆਉਂਦੀ ਹੈ। ਇਹਨਾਂ ਦੀ ਚਮੜੀ ਨਰਮ ਹੁੰਦੀ ਹੈ, ਉਸ 'ਤੇ ਫਿੰਸੀਆਂ ਜਿਹੀਆਂ ਹੋ ਜਾਂਦੀਆਂ, ਉਹ ਵੱਧ ਜਾਂਦੀਆਂ ਅੱਗੇ। ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ, ਕਿਉਂਕਿ ਮੈਨੂੰ ਤੁਸੀਂ ਲਾਈਕ ਕਰੋਗੇ, ਸਬਸਕ੍ਰਾਈਬਰ ਕਰੋਗੇ, ਮੈਨੂੰ ਪਤਾ ਲੱਗ ਜੂਗਾ, ਫਿਰ ਮੈਂ ਇੱਦੋਂ ਵਧੀਆ ਵੀਡੀਓ ਤੁਹਾਨੂੰ ਹੋਰ ਵੀ ਬਣਾ ਕੇ ਭੇਜਦਾ ਰਹੂੰਗਾ, ਤੁਹਾਡੇ ਕੰਮ ਆਉਣਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਬਾਈ ਠੀਕ ਠਾਕ ਹੋ? ਅੱਛਾ ਜੀ, ਮੇਰਾ ਨਾਂ ਹੈਗਾ ਜੀ ਸੀਰਾ, ਪਿੰਡ ਭਾਈ ਰੂਪਾ, ਅਤੇ ਮੇਰਾ ਮੋਬਾਈਲ ਨੰਬਰ ਹੈਗਾ ਜੀ 9460।